ਹੁਮੇ ਗਦੀਰ ਦੇ ਮੈਦਾਨ 'ਚੋਂ ਨਬੀਆਂ ਦਾ ਸਰਦਾਰ ਨਬੀ ਬਿਰਾਦ ਦਾ ਐਲਾਨ ਕਰਕੇ ਘਰ ਆਇਆ। 1.25 ਲੱਖ ਦਾ ਮਜਮਾ, ਸਾਰੇ ਹਾਜੀ ਹੈਂ, ਸਾਰੇ ਹਾਜੀ ਹੈਂ, ਕਈ ਐਸੇ ਹੈਂ, ਕਈ ਵੈਸੇ ਹੈਂ। ਸੁਣ ਲਓ ਬੈਠੋ, ਮੈਂ ਬਿਲਕੁਲ ਹੀ ਥੋੜ੍ਹਾ ਪੜ੍ਹਦਾ, ਸਮਝ ਆਈਏ। ਕਈ ਐਸੇ ਹੈਂ, ਕਈ ਵੈਸੇ ਹੈਂ, ਹੱਜ ਤੋਂ ਵੱਲਣ ਅਤੇ ਘਰ ਗਏ, ਸਾਰੇ ਕੋਲ ਰਿਵਾਜ ਹੈ, ਕੋਈ ਹੱਜ 'ਤੇ ਵੰਨੇ, ਜ਼ਿਆਰਾਤ 'ਤੇ ਵੰਨੇ, ਉਹ ਵੱਲ ਆਵੇ ਤੋਂ ਵੱਧ ਬੰਦੇ ਮਿਲਣ ਵਹਿੰਦੇ ਨਾ, ਮਿਲਣ ਵਹਿੰਦੇ। ਮੈਂ ਨਾਲ ਥੋੜ੍ਹਾ ਜਿਹਾ ਬੋਲੇ ਸੋ ਤਾਂ ਮੈਂ ਕੁਝ ਪੜ੍ਹ ਸਾਂ। ਮੈਂ ਜਿਵੇਂ ਨੁਸਰਤ ਅਬਾਸ ਬਹੁ ਮਜਬੂਰ ਕੀਤਾ ਹੈ, ਮੈਂ ਇਹਨੂੰ ਅਟਕ ਗਿਆ ਅਤੇ ਅਟਕ 'ਚ ਵੱਧ ਵੱਲ ਆਇਆ ਅਤੇ ਵੱਧ ਹੁਣ ਮੈਂ ਈਸਾ ਖਿਆਲ ਵੱਲ ਮੰਨਣਾ। ਘਰ ਗਏ, ਘਰ ਵੱਲ ਗਏ, ਇੱਥੇ ਹੀ ਬੰਦੇ ਮਿਲਣ ਵਹਿੰਦੇ ਨੇ, ਮੈਂ ਕੋ ਕਾਠਾਂ ਲਾ ਦੇਣ। ਛੇੜਾ ਬੰਦਾ ਜ਼ਿੰਦਗੀ 'ਚ ਨਹੀਂ ਬੋਲਾ ਬੁਲਵਾ ਕਿਨਸਾ। ਹਾਜੀ ਘਰ ਵੱਲ ਗਏ, ਮੈਂ ਕਿ ਕਈ ਐਸੇ ਹੈਂ, ਕਈ ਵੈਸੇ ਹੈਂ, ਐਸੇ ਠੀਕ ਹੈਂ, ਵੈਸੇ ਠੀਕ ਨੈਣ। ਘਰ ਵਾਲਾ ਡਿੱਠੇ ਤੇ ਪੁੱਛੇ ਖੈਰ ਹੈ, ਮੂੰਹ ਸੁੱਕੇ ਹੋਏ ਉਹਨਾਂ ਕੇ ਖੈਰ ਕੋਈ ਨਹੀਂ, ਕੀ ਬਣੀ ਉਹਨਾਂ ਕੇ ਪਹਿਲੇ ਅੱਲਾ ਮਨਾਇਸ, ਅਸਾਂ ਮੰਨੇ ਵੱਧ ਆਖੇ ਮੈਂ ਕੋ ਮੰਨੋ, ਅਸਾਂ ਮੰਨੇ ਤੇ ਉਹਨਾਂ ਕੇ ਵੱਲ ਲਖਿਆ, ਅੱਜ ਆਖੇ ਸੈਲੀ ਕੋ ਮੰਨੋ। ਸੁਣਨ ਦੇ ਜੁੜ ਗਏ ਵੇ ਤਾਂ ਥੋੜ੍ਹੇ ਥੋੜ੍ਹੇ ਨਾਲ ਥੀ ਆਓ, ਫਾਸਲਾ ਚੰਗਾ ਨਹੀਂ, ਥੋੜ੍ਹੇ ਥੋੜ੍ਹੇ ਥੀ ਆਓ। ਖਾ ਮਿਹਰਬਾਨੀ ਕਰੋ ਯਾਰ, ਅੱਲਾਹੁ ਅਕਬਰ ਯਾ ਰਸੂਲ ਅੱਲਾਹ। ਅਰਸ਼ਦ ਖਾਨ ਸੁਣਦਾ ਵੀ ਹੈ, ਮੈਂ ਪੜ੍ਹਦਾ ਤਾਂ ਨਾਮੀ ਜੋ ਜ਼ਾਕਰ ਦਾ ਟਾਈਮ ਸਟੇ ਸੈਕਟਰੀ ਖਾ ਵੈਂਦੇ, ਜਿਹੜਾ ਉੱਤੋਂ ਬੱਚੇ ਬਾਕੀ ਵਾਲੇ ਖਾ ਵੈਂਦੇ। ਤਵੱਜੋ, ਇਹ ਅੱਜ ਕਸਲੀਆ ਵਲੀ ਉੱਲਾ ਮੰਨੋ, ਬਿਸਮਿਲਾ ਹਯਾਤੀ ਹੋਵੀ। ਇਹ ਤਵੱਜੋ, ਇਹ ਜਿਹੜੇ ਇਕੱਲੇ ਬੈਠੋ, ਮੈਂ ਤੁਹਾ ਕੋ ਸੁਣਵਾਉਣੀ ਹੈ ਮਜਲਿਸ। ਉਹਨਾਂ ਆਖੇ ਵੱਲ ਅਲੀ ਕੋ ਮੰਨਾ ਆਵੇ, ਉਹਨਾਂ ਕੇ ਉੱਥਾ ਮੰਨਾ ਆਸੇ, ਉੱਥਾ ਮੰਨਾ ਆਸੇ। ਉੱਥਾਂ ਮੰਨਾ ਆਸੇ ਤੇ ਉਹਨਾਂ ਕੇ ਹੁਣ ਉਹਨਾਂ ਕੇ ਨਹੀਂ ਮੰਨਦੇ। ਤਵੱਜੋ, ਇਹ ਕਿਉਂ ਨਹੀਂ ਮੈਂ ਮੰਨਦੇ, ਉਹਨਾਂ ਕੇ ਸਾਰੀ ਅੱਜ ਮੀਟਿੰਗ ਹੈ, ਅੱਜ ਮੀਟਿੰਗ ਮੀਟਿੰਗ ਬੁਲਾਈ ਗਈ ਤੇ ਮੀਟਿੰਗ ਦੇ ਸਰਬਰਾ ਸਾਰੇ ਪਹੁੰਚ ਗਏ, ਮੈਂ ਗੁਜ਼ਰ ਗਿਆ ਜਲਦੀ ਨਾਲ। ਕਿੱਥੋਂ ਪਹੁੰਚੇ? ਪਾਕ ਮੁਹੰਮਦ ਦੇ ਕੋਲੋਂ। ਸਹੀ ਸਹੀ ਫਰਮਾਇਆ ਜੀ ਸਹੀ, ਕੱਲ ਐਲਾਨ ਚ ਕੀਤਾ ਹੀ ਵੇ ਸਰਕਾਰ ਫਰਮੇ, ਮੈਂ ਕੋਈ ਆਪ ਕੀਤਾ, ਮੈਂ ਕੋਈ ਆਪ ਕੀਤਾ, ਉਹਨੂੰ ਆਡਰ ਹੈ, ਮੈਂ ਕੀਤਾ। ਕੱਲ ਮੰਨਾ ਹੀ ਸੀ, ਅੱਜ ਨਹੀਂ ਮੰਨਦੇ, ਕਿਉਂ ਨਹੀਂ ਵੇ ਮੰਨਦੇ? ਉਹਨਾਂ ਕਿਸੇ ਮੰਨਦੇ ਵਾਸਤੇ ਨਾ, ਸਵੇਰੇ ਚੜ੍ਹਸੀ ਸੂਰਜ, ਸਾਰਾ ਮੁਤਾਲਬਾ ਹੈ ਉਮਤੀ ਨਾ ਬੋਲੇ ਸਨ, ਮੈਂ ਉਹ ਰਾਜ਼ੀ ਵੇ ਸਾਂ। ਸੈਦ ਨਾ ਬੋਲੇ ਸਨ ਤਾਂ ਕਬਰ ਦਈ ਅਰਮਾਨ ਲਗਸੀ, ਇਹ ਕੱਲ ਚੜ੍ਹਸੀ ਸੂਰਜ, ਬਿਰਾ ਕੋਈ ਥਾਈ ਸਰਾਏ ਚਾ, ਅਸਾਂ ਇੱਥਾਂ ਹੀ ਹੋਸੂੰ, ਅਸਾਂ ਇੱਥਾਂ ਹੀ ਹੋਸੂੰ।
ਜ਼ਰਾ ਬਿਰਾ ਕੋ ਅੱਖਾਂ ਚਾ ਸੂਰਜ ਨਾਲ ਕੋ ਗੱਲਾਂ ਚਾ ਕਰਸੀ, ਸੂਰਜ ਨਾਲ ਗੱਲਾਂ ਚਾ ਕਰਸੀ, ਸੂਰਜ ਵਾਲਾ ਜਵਾਬ ਦੇਸੀ, ਅਸਾਂ ਥੋੜੇ ਜਿਹੇ ਡੋਰੇ ਹੈ, ਅਸਾਂ ਥੋੜੇ ਜਿਹੇ ਡੋਰੇ ਹੈ, ਸੂਰਜ ਜਿਹੜੀ ਗੱਲ ਕਰੇ ਜਵਾਬ ਦੇਵੇ ਨਾ, ਅਸਾਂ ਇੱਥੇ ਸੁਣ ਸੁਣ ਵੱਤ ਮਰੇ ਸੁਣ। ਸਤੀ ਦੀ ਦੇ ਬਾਬੇ ਫਰਮਾਏ ਵੰਜੋ ਤੇ ਸਵੇਰੇ ਆ ਵੰਜਾਏ, ਵਾਲਾ ਘਰ ਵੱਲ ਗਏ ਤਾਂ ਖੁਸ਼ ਹੈ, ਘਰ ਵਾਲਾ ਕੇ ਖੁਸ਼ੀ ਵੇ ਉਹਨਾਂ ਖੁਸ਼ ਹੈ, ਸੂਰਜ ਨਾਲ ਗੱਲ ਕਿੱਥੋਂ ਸੂਰਜ ਕਿੱਥਾਂ ਹਲੀ, ਸੂਰਜ ਗੱਲ ਕਰਸੀ ਸੁਣ ਸੁ ਤਾਂ ਮਨੇ ਸੁਣ ਤਾਂ ਨਾ ਮਨੇ ਸੁਣ, ਘਰ ਵਾਲਾ ਕੇ ਨਾ ਵੰਜਾਏ ਵਾਤੀ ਕੂੜੇ ਤੇ ਸੋ। ਯਾਰ ਮੇਰਾ ਕਸੀਦਾ ਹੀ ਹੋਏ ਜਦੋਂ ਮੈਂ ਪੜ੍ਹਦਾ ਖਣਾ ਅਮੀਰ ਹੁਸੈਨ ਦਾ ਕਸੀਦਾ ਹੀ ਸੋਝੀਆਂ ਵਾਲਾ, ਤੇ ਮੇਰਾ ਇਹੀ ਹੋਏ ਮੈਂ ਸੁਣੋ ਆਉਣਾ ਨਹੀਂ, ਮੈਂ ਤੇਰੇ ਜਿਗਰ ਤੇ ਲਿਖਣਾ। ਰਾਤ ਗੁਜ਼ਰੀ ਤੇ ਨੀਂਦ ਥੀਆ ਤੇ ਪਹੁੰਚ ਗਏ ਮਾਰਕਾ ਸਾਰਾ ਇਕੱਠਾ, ਅਲੀ ਮੌਲਈਆ ਆ ਗਏ ਤੇ ਸੱਚੀ ਦੀਦ ਬਾਬੇ ਬਿਰਾ ਤੋਂ ਦੇਖ ਕੇ ਫਰਮਾਏ ਜਾ ਅਲੀ ਜੀ ਮੌਲਾ, ਸਰਕਾਰ ਫਰਮਾਏ ਇਹ ਆਦ ਹੈ। ਸਾਰੇ ਬੋਲੇ ਤੋ ਯਾਰ ਇਹ ਆਦ ਨੇ, ਮੈਂ ਨਹੀਂ ਆਦਾ, ਇੱਥੇ ਹੀ ਖੜ ਕੇ ਜ਼ਰਾ ਸੂਰਜ ਨਾਲ ਗੱਲਾਂ ਕਰੋ, ਸੂਰਜ ਜਵਾਬ ਦੇਵੇ, ਇਹ ਆਦ ਨੇ, ਅਸਾਂ ਥੋੜੇ ਜਿਹੇ ਡੋਰੇ ਹੈ, ਅਸਾਂ ਸੁਣ ਸੁਣ ਤਾਂ ਮਨੇ ਸੁਣ। ਕਾਠਾਂ ਵਾਲਾ ਪਹਿਲਾ ਜੁਮਲਾ ਆਦਾ ਪੈ, ਪਾਕ ਮੁਹੰਮਦ ਨੇ ਆਦ ਨੂੰ ਸੂਰਜ ਗੱਲਾਂ ਕਰੇ ਸੀ, ਇੱਥਾ ਸੁਣ ਸੁਣ ਵੱਤ ਮਨੇ ਸੁਣ, ਸੂਰਜ ਗੱਲ ਕਰੇ ਸੀ ਅਲੀ ਨਾਲ, ਇੱਥੇ ਅਸਾਂ ਸੁਣ ਸੁਣ ਵੰਤ ਮਨੇ ਸੁਣ। ਕਾਇਨਾਤ ਕੁਰਬਾਨ ਕਰ ਰਿਹਾ ਸਹਿਦੋ ਹਸਨੈਨ ਦੇ ਬਾਬੇ ਬਿਰਾ ਦੇ ਕਦਮਾਂ ਤੇ ਦੋਵੇਂ ਹੱਥ ਰੱਖ ਕੇ ਅਰਜ਼ ਕੀਤੀ, ਸਖੀ ਇਹ ਉੱਥੇ ਹੀ ਖੜ ਕੇ ਗੱਲਾਂ ਕਰੇ ਜਾਂ ਇੱਥੇ ਹੀ ਸਲਾਮ ਲਾ। ਗੱਲ ਕੀਤੀ ਤੇ ਸੂਰਜ ਜਵਾਬ ਦਿੱਤਾ ਤੇ ਇਹਨਾਂ ਸੁਣਾ ਤੇ ਵਾਲਾ ਘਰ ਵੱਲ ਲਏ। ਬਸ ਮੇਰਾ ਖਿਆਲ ਆ ਜਿਵੇਂ ਬਜ਼ੁਰਗ ਆ ਦਿਨ ਬੇੜੀ ਕੰਧੀ ਲਾਉਂ ਛਾ ਫਿਰ ਸਲਵਾਤ ਪੜੋ ਚਾ ਇੱਕ ਸਲਵਾਤ ਹੋਰ ਹੀ ਪੜੋ ਚਾ ਸੈਯਦ ਬਾਦਸ਼ਾਹ ਦੇ ਅਹਿਮਦ ਨੇ ਇੱਕ ਸਲਵਾਤ ਪੰਜਵੀਂ ਚ ਖੁੱਟਦੀ ਨਹੀਂ ਪਈ ਬਾਬੇ ਹੁਣੀ ਤੇ ਸ਼ਰੀਫ ਗਿਣੇ ਤੇ ਮੈਂ ਇਵੇਂ ਜ਼ਰਾ ਜਲਦੀ ਕਰਾਂ ਚਾ ਘਰ ਵੱਲ ਲੈਣ। ਅੱਛਾ ਘਰ ਵੱਲ ਲੈਣ ਵੱਤ ਮੂੰਹ ਸੁੱਕੇ ਹੋਏ ਘਰ ਵਾਲਾ ਕੇ ਬਣੀਏ ਸੂਰਜ ਗੱਲ ਕੀਤੀ ਉਹਨਾਂ ਕੇ ਜੀਆ ਕੀਤੀ ਇਸ ਤੇ ਉਹਨਾਂ ਕੇ ਵੱਲ ਉਹਨਾਂ ਕੇ ਸੂਰਜ ਅਲੀ ਦਾ ਸੂਰਜ ਸੂਰਜ ਬਾਦਸ਼ਾਹ ਸੂਰਜ ਉਹ ਗੱਲ ਦੀ ਸਮਝ ਆਉਂਦੀ ਪਈ ਹੈ ਸੂਰਜ ਵੀ ਅਲੀ ਦਾ ਉਹਨਾਂ ਵੱਲ ਹੁਣ ਮਨੇ ਸੁ ਕੇ ਨਾ ਮਨੇ। ਅੱਛਾ ਉਹਨਾਂ ਕੇ ਪਤਾ ਨਹੀਂ ਕਿਤਨੇ ਦਿਨ ਠੀਕ ਹਨ ਭੁੱਖੇ ਹੋ ਸੋ ਕੋਈ ਖਾਣੇ ਦਾ ਪ੍ਰੋਗਰਾਮ ਹੈ ਉਹਨਾਂ ਕੇ ਜੀਆ ਦਿਓ ਖਾਣਾ ਜਾਣ ਦਿਓ ਖਾਣਾ ਅੱਗੋਂ ਆਏ ਖਾਣਾ ਅੱਗੋਂ ਆਏ ਇਹਨਾਂ ਹੱਥ ਵਧਾਏ ਤਾਂ ਖਾਣਾ ਉਛਲ ਕੇ ਬੋਲੇ ਪਹਿਲੇ ਉਹ ਕੋ ਮੰਨੋ ਵੱਧ ਗਿਰਾ ਬਣੋ ਸਾਰੇ ਬੋਲੋ ਯਾਰ ਹੈ
پہلے کو منو وعد گرا انہاں کہ اے وی علی دا اے اے وی علی علی دے نہ کھان دے بھکھے سمدے واہ بھکھے کو نیند آندی اے ہاں جی وانا سرے پوچھ لینا تراڑ تراڑ ہوئی اے علی دے نہ کھان دے سمدے ستن ای میں کروٹ تبدیل کرن لگن تو بسترا بولے پہلے کو منو وعد پاسا بنو انہاں کہ اے وی علی دے زمین زمین تو پہلے حکم منو وات تھا سمو صرف حکم من سوچ نہیں اللہ گھر نہیں بنایا جڑا گھر تو افضل سوچنے تو من نہیں مننے تو سوچ نہیں اللہ بھی در نہیں بنایا جڑا در تو افضل